ਆ ਦੇਖੋ ਪੰਜਾਬੀਆਂ ਦੀ ਦਰਿਆ ਦਿਲੀ। ਪਰ ਆਪਣੀ ਗੈਲ ਕੇ ਬੰਦੇ ਸਾਰੇ ਬਾਈ ਦੀ ਮਦਦ ਕਰਾ ਰਹੇ ਆ। ਯੋ ਆਪਣਾ ਬਾਈ ਬਲਜੀਤ, ਬਲਜੀਤ ਦੇਖ ਤੈਨੂੰ। ਟਰੱਕ ਚੋਂ ਟਿੱਕੀਆਂ, ਕੋਲਡ ਡਰਿੰਕ ਦੀਆਂ ਬੋਤਲਾਂ। ਗੱਡੀ ਪਾਲਟੀ ਤਾਂ ਨਹੀਂ ਕਹਿ ਸਕਦੇ, ਛੱਲ ਜੀ ਮਾਰਦੀ ਮਾੜੀ ਜੀ। ਰਾਹਗੀਰਾਂ ਤੇ ਪਿੰਡ ਵਾਲਿਆਂ ਨੇ ਕੀਤੀ ਦੱਬ ਕੇ ਮਦਦ। ਯੋ ਰੱਬੀ ਹੈ ਰੱਬ ਸਿੰਘ, ਯੋ ਆਪਣਾ ਦਦਾਰ ਸਿੰਘ ਕੌਰਾ, ਯੋ ਬਾਈ ਡਰਾਈਵਰ ਹੈ। ਡਰਾਈਵਰ ਨਾਲ ਮਿਲ ਕੇ ਇਕੱਠੀਆਂ ਕਰਵਾਈਆਂ ਬੋਤਲਾਂ। ਲੈ ਯੋ ਮਹਾਮ ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇ। ਇੱਕ ਵੀ ਬੋਤਲ ਨਹੀਂ ਹੋਣ ਦਿੱਤੀ ਇੱਧਰ ਉੱਧਰ। ਯੋ ਬਾਈ ਮਾਰੇ ਪਿੰਡ ਕੇ, ਧਰਮਗੜ੍ਹ ਪਿੰਡ ਕੇ ਵਧੀਆ ਕੰਮ ਕਰ ਰਹੇ ਬਾਈ, ਦੇਖੋ ਇਹਨਾਂ ਨੂੰ ਵੀ ਸ਼ੇਅਰ ਕਰੋ। ਸੇਬਾ ਦੇ ਟਰੱਕ ਵਾਂਗ ਨਹੀਂ ਹੋਣ ਦਿੱਤੀ ਕੋਈ ਵੀ ਲੁੱਟ ਖਸੁੱਟ। ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇ, ਜੇ ਕੋਈ ਲਿਫਾਫਾ ਥੈਲਾ ਚਾਹੀਦਾ ਇਹਨੂੰ ਘਰ ਤੇ ਲਿਆ ਕੇ ਦੇਵਾਂਗੇ। ਦੱਸ ਦਈਏ ਕਿ ਪੰਜਾਬੀ ਅਕਸਰ ਹੀ ਆਪਣੀ ਦਰਿਆ ਦਿਲੀ ਕਰਕੇ ਜਾਣੇ ਜਾਂਦੇ ਨੇ, ਤੇ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਪੰਜਾਬੀਆਂ ਦੀ ਹੁਣ ਦਰਿਆ ਦਿਲੀ ਦੇਖਣ ਨੂੰ ਮਿਲੀ ਹੈ। ਦਰਅਸਲ ਇੱਕ ਕੋਲਡ ਡਰਿੰਕ ਦੇ ਨਾਲ ਭਰਿਆ ਹੋਇਆ ਇਹ ਟਰੱਕ ਜਾ ਰਿਹਾ ਸੀ, ਅਚਾਨਕ ਹੀ ਗੱਡੀ ਜਦੋਂ ਮੁੜਦੀ ਹੈ ਤਾਂ ਉਸਦੇ ਵਿੱਚ ਝੋਲ ਵੱਜਣ ਦੇ ਕਾਰਨ ਕਈ ਬੋਤਲਾਂ ਖੇਤਾਂ ਅਤੇ ਸੜਕਾਂ ਦੇ ਵਿੱਚ ਖਿਲਰ ਜਾਂਦੀਆਂ ਨੇ, ਜਿਸ ਤੋਂ ਬਾਅਦ ਰਾਹਗੀਰ ਅਤੇ ਪਿੰਡ ਵਾਲੇ ਮੌਕੇ ਦੇ ਉੱਤੇ ਪਹੁੰਚਦੇ ਨੇ, ਬੋਤਲਾਂ ਨੂੰ ਇਕੱਠੀਆਂ ਕਰਦੇ ਨੇ ਤੇ ਟਰੱਕ ਚਾਲਕ ਦੇ ਟਰੱਕ ਦੇ ਵਿੱਚ ਇਹਨਾਂ ਬੋਤਲਾਂ ਨੂੰ ਦੁਬਾਰਾ ਲੋਡ ਕਰਵਾਉਂਦੇ ਨੇ। ਤਾਂ ਦੱਸ ਦਈਏ ਕਿ ਅਕਸਰ ਹੀ ਪੰਜਾਬੀ ਆਪਣੀ ਦਰਿਆ ਦਿਲੀ ਦੇ ਲਈ ਜਾਣੇ ਜਾਂਦੇ ਨੇ, ਕਿਉਂਕਿ ਪੰਜਾਬੀਆਂ ਦੇ ਵੱਲੋਂ ਹੀ ਸਭ ਤੋਂ ਵੱਧ ਦੇਸ਼ ਦੇ ਵਿੱਚ ਲੰਗਰ ਲਗਾਏ ਜਾਂਦੇ ਨੇ, ਤੇ ਹੁਣ ਇੱਕ ਵਾਰ ਫੇਰ ਤੋਂ ਇਨਸਾਨੀਅਤ ਦੀ ਮਿਸਾਲ ਇਹਨਾਂ ਪੰਜਾਬੀਆਂ ਨੇ ਕਾਇਮ ਕੀਤੀ ਹੈ। ਦੱਸ ਦਈਏ ਕਿ ਇੱਕ ਵਾਰ ਸਰਹੰਦ ਦੇ ਵਿੱਚ ਜਦੋਂ ਸੇਬਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟਿਆ ਸੀ ਤਾਂ ਉਸ ਸਮੇਂ ਕੁਝ ਲੋਕਾਂ ਦੇ ਵੱਲੋਂ ਲੁੱਟ ਖਸੁੱਟ ਕੀਤੀ ਗਈ ਸੀ। ਸੇਬਾਂ ਦੇ ਨਾਲ ਜਦੋਂ ਟਰੱਕ ਪਲਟਿਆ ਸੀ ਭਰਿਆ ਹੋਇਆ ਤਾਂ ਉਸ ਸਮੇਂ ਸਾਰੇ ਹੀ ਸੇਬ ਉੱਥੋਂ ਲੋਕ ਕਈ ਚੱਕ ਕੇ ਲੈ ਗਏ ਸੀ। ਹਾਲਾਂਕਿ ਜਿਸ ਤੋਂ ਬਾਅਦ ਜਦੋਂ ਟਰੱਕ ਚਾਲਕ ਦੇ ਵੱਲੋਂ ਗੁੱਸਾ ਦਿਖਾਇਆ ਗਿਆ ਤਾਂ ਉਸ ਤੋਂ ਬਾਅਦ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਅਤੇ ਉਹਨਾਂ ਨੇ ਟਰੱਕ ਚਾਲਕ ਦੀ ਪੂਰੀ ਭਰਪਾਈ ਕੀਤੀ ਸੀ। ਯਾਨੀ ਕਿ ਜੋ ਵੀ ਕੁਝ ਉਹ ਬੋਲਿਆ ਸੀ ਉਸਨੂੰ ਉਸਦਾ ਮੂੰਹ ਤੋੜ ਜਵਾਬ ਪੰਜਾਬੀਆਂ ਦੇ ਵੱਲੋਂ ਦਿੱਤਾ ਗਿਆ ਸੀ। ਤਾਂ ਦੱਸ ਦਈਏ ਕਿ ਇੱਕ ਵਾਰ ਫੇਰ ਤੋਂ ਹੁਣ ਇਹ ਪੰਜਾਬੀਆਂ ਦੇ ਵੱਲੋਂ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਗਈ ਹੈ, ਜਿੱਥੇ ਕਿ ਇੱਕ ਟਰੱਕ ਦੇ ਵਿੱਚੋਂ ਜਦੋਂ ਕੋਲਡ ਡਰਿੰਕ ਦੀਆਂ ਬੋਤਲਾਂ ਹੇਠਾਂ ਡਿੱਗੀਆਂ ਤਾਂ ਉਸ ਸਮੇਂ ਲੋਕਾਂ ਨੇ ਲੁੱਟ ਖਸੁੱਟ ਕਰਨ ਦੀ ਥਾਂ ਇਸ ਟਰੱਕ ਚਾਲਕ ਦਾ ਸਾਥ ਦਿੱਤਾ ਅਤੇ ਇਸ ਬੰਦੇ ਦਾ ਇੱਕ ਵੀ ਰੁਪਏ ਦਾ ਨੁਕਸਾਨ ਨਹੀਂ ਹੋਣ ਦਿੱਤਾ। ਆਪਣਾ ਵੀ ਬਾਈ ਗੱਡੀ ਪਾਲਟੀ ਤਾਂ ਨਹੀਂ ਕਹਿ ਸਕਦੇ, ਛੱਲ ਜੀ ਮਾਰਦੀ ਮਾੜੀ ਜੀ। ਪਰ ਆਪਣੀ ਗੈਲ ਕੇ ਬੰਦੇ ਸਾਰੇ ਬਾਈ ਦੀ ਮਦਦ ਕਰਾ ਰਹੇ ਹੈ। ਯੋ ਆਪਣਾ ਬਾਈ ਬਲਜੀਤ, ਬਲਜੀਤ ਦੇਖ ਤੈਨੂੰ। ਯੋ ਬਲਜੀਤ ਹੈ ਬਾਈ ਆਪਣਾ, ਯੋ ਰੱਬੀ ਹੈ ਰੱਬ ਸਿੰਘ, ਯੋ ਆਪਣਾ ਦਦਾਰ ਸਿੰਘ ਕੌਰਾ, ਯੋ ਬਾਈ ਡਰਾਈਵਰ ਹੈ। ਦੇਖ ਜਿਹੜਾ ਸੇਬਾਂ ਵਾਲੀ ਗੱਡੀ ਪਾਲਟੀ ਦੀ ਲੋਕਾਂ ਨੇ ਲੁੱਟੀ ਦੀ ਵਾ, ਤੁਹਾਨੂੰ ਬਹੁਤ ਸ਼ੇਅਰ ਕਰੀ ਹੈ। ਯੋ ਬਾਈ ਮਾਰੇ ਪਿੰਡ ਕੇ, ਧਰਮਗੜ੍ਹ ਪਿੰਡ ਕੇ ਵਧੀਆ ਕੰਮ ਕਰ ਰਹੇ ਬਾਈ, ਦੇਖੋ ਇਹਨਾਂ ਨੂੰ ਵੀ ਸ਼ੇਅਰ ਕਰੋ। ਬਾਕੀ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਕਰੋ, ਮਾਰਾ ਤਾਂ ਜਿਹੜਾ ਫਰਜ਼ ਤਾਂ ਮਾਨੇ ਨਿਭਾ ਦਿਆ। ਲੈ ਯੋ ਮਹਾਮ ਬਾਈ ਨੂੰ ਪੂਰਾ ਪੱਕਾ ਕਰਕੇ ਭੇਜੇ, ਜੇ ਕੋਈ ਲਿਫਾਫਾ ਥੈਲਾ ਚਾਹੀਦਾ ਇਹਨੂੰ ਘਰ 'ਤੇ ਲਿਆ ਕੇ ਦੇਵਾਂਗੇ। ਹਾਂ ਬਾਕੀ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ।